ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੈ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਪਰਮ ਸਨਮਾਨਯੋਗ ਵਾਲੀਏ ਕੁਲ ਆਲਮ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਡਭਾਗੇ ਹਾਂ ਅਸੀਂ ਸਾਰੇ ਜਿਨ੍ਹਾਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਆਪਣੀ ਅਪਾਰ ਬਖਸ਼ਿਸ਼ ਰਹਿਮਤ ਕਰਕੇ ਆਪਣੀ ਗੋਦੀ ਅੰਦਰ ਬੈਠ ਕੇ ਹਰੀ ਜਸ ਗਾਉਣ ਦਾ, ਸਰਵਣ ਕਰਨ ਦਾ ਸੁਭਾਗਾ ਸਮਾਂ ਜੋ ਹੈ ਦਿੱਤਾ ਹੈ। ਆਪ ਸਾਰੀਆਂ ਸੰਗਤਾਂ ਉਪਰਾਲਾ ਕਰਕੇ ਸ਼ਹੀਦ ਭਾਈ ਲਛਮਣ ਸਿੰਘ ਜੀ ਧਾਰੋਵਾਲ, ਤਿਨ੍ਹਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾ ਰਹੇ ਹੋ। ਸੋ ਭਾਈ ਲਛਮਣ ਸਿੰਘ ਜੀ ਅਤੇ ਸਾਕਾ ਨਨਕਾਣਾ ਸਾਹਿਬ ਜੀ ਦੀ ਬਾਬਤ ਮੈਂ ਕੁਝ ਕੁ ਵਿਚਾਰਾਂ ਆਪ ਜੀ ਦੇ ਸਾਹਮਣੇ ਰੱਖਣੀਆਂ ਹਨ। ਇਹਨਾਂ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਾਰੇ ਹੀ ਬੜੇ ਸਤਿਕਾਰ ਸਹਿਤ ਅਦਬ ਨਾਲ ਆਖੋ ਜੀ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਆਂ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਉਸ ਸਮੇਂ ਦੀ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਉਹਨਾਂ ਨੇ ਗੁਰਦੁਆਰਿਆਂ ਦੇ ਨਾਮ ਜ਼ਾਗੀਰਾਂ ਲਵਾਈਆਂ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਜੋ ਸੀ ਉਹ ਮਹੰਤਾਂ ਦੇ ਹੱਥ ਆਇਆ। ਖਾਲਸਾ ਰਾਜ ਦੇ ਪਤਨ ਤੋਂ ਬਾਅਦ ਅੰਗਰੇਜ਼ਾਂ ਦੀ ਮਿਲੀ ਭੁਗਤ ਦੇ ਨਾਲ ਮਹੰਤਾਂ ਨੇ ਗੁਰਦੁਆਰਿਆਂ 'ਤੇ ਆਪਣਾ ਕਬਜ਼ਾ ਕੀਤਾ, ਉਹਨਾਂ ਨੂੰ ਆਪਣੀ ਨਿੱਜੀ ਜਾਇਦਾਦ ਸਮਝਣ ਲੱਗ ਪਏ। ਖਾਲਸੇ ਨੇ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੀ ਤਰਨ ਤਾਰਨ ਸਾਹਿਬ ਆਪਣੀਆਂ ਕੁਰਬਾਨੀਆਂ ਦੇ ਕੇ ਮਹੰਤਾਂ ਤੋਂ ਆਜ਼ਾਦ ਕਰਵਾਇਆ। ਇੰਨਾ ਸਮਾਂ ਨਹੀਂ ਹੈ ਇਹ ਸਭ ਕੁਛ ਬਿਆਨ ਕਰਨ ਦਾ, ਕਿਉਂਕਿ ਜੇ ਸਭ ਕੁਛ ਬਿਆਨ ਚੰਗੀ ਤਰ੍ਹਾਂ ਕੀਤਾ ਜਾਵੇ, ਵਿਸਥਾਰ ਸਹਿਤ ਕੀਤਾ ਜਾਵੇ, ਤਾਂ ਘੱਟੋ ਘੱਟ 3-4 ਘੰਟੇ ਦਾ ਸਮਾਂ ਜੋ ਹੈ ਚਾਹੀਦਾ ਹੈ। ਪਰ ਹੁਣ 10 ਨੂੰ ਹੁਕਮ ਹੋਇਆ ਹੈ ਕੇਵਲ 15 ਮਿੰਟ ਲੈਣ ਦਾ। ਤੋ ਜੋ ਸਾਡਾ ਮੇਨ ਵਿਸ਼ਾ ਹੈ
ਉਹ ਹੈ ਭਾਈ ਲਕਸ਼ਮਣ ਸਿੰਘ ਜੀ ਧਾਰੋਵਾਲ ਦੀ ਸ਼ਹੀਦੀ, ਕਿਉਂਕਿ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ। ਸਾਕਾ ਨਨਕਾਣਾ ਸਾਹਿਬ ਕਿਉਂ ਵਾਪਰਿਆ, ਉਹਦੇ ਕੁਝ ਕੁ ਕਾਰਨ ਮੈਂ ਆਪ ਜੀ ਦੇ ਸਾਹਮਣੇ ਰੱਖਾਂ। 1920 ਦੀ ਗੱਲ ਹੈ, ਇੱਕ ਸਿੰਧੀ ਪਰਿਵਾਰ ਜਦੋਂ ਮਹੰਤ ਨਾਰਾਇਣ ਦਾਸ ਗੱਦੀ ਤੇ ਬੈਠਿਆ ਤਾਂ ਉਹਨੇ ਲਿਖਤੀ ਰੂਪ ਵਿੱਚ ਇਹ ਮੰਨਿਆ ਕਿ ਉਹ ਕੋਈ ਵੀ ਕੁਕਰਮ ਨਹੀਂ ਕਰੇਗਾ, ਪਰ ਅਜਿਹਾ ਨਹੀਂ ਹੋਇਆ। ਉਹਨੇ ਸ਼੍ਰੀ ਨਨਕਾਣਾ ਸਾਹਿਬ ਦੀ ਪਰਿਕਰਮਾ ਵਿੱਚ ਵੇਸ਼ਵਾ ਨਚਾਈਆਂ, ਸ਼ਰਾਬਾਂ ਪਿਆਈਆਂ ਜਾਂਦੀਆਂ, ਹੋਰ ਵੀ ਕਈ ਕੁਕਰਮ ਉਸਨੇ ਕੀਤੇ। ਜਦੋਂ ਫਿਰ ਉਸਨੇ ਅਜਿਹਾ ਕੀਤਾ ਤਾਂ ਇੱਥੇ ਹੀ ਬਸ ਨਹੀਂ, ਇੱਕ ਸਿੰਧੀ ਪਰਿਵਾਰ ਜੱਜ ਜੋ ਸੀ ਉਹ ਰਿਟਾਇਰ ਹੋ ਕੇ ਆਇਆ। ਉਸਨੇ ਸੋਚਿਆ ਮੈਂ ਸਹੀ ਸਲਾਮਤ ਰਿਟਾਇਰ ਹੋ ਆਇਆ ਹਾਂ, ਸਹੀ ਸਲਾਮਤ ਘਰ ਪਹੁੰਚਣ ਲੱਗਾ ਹਾਂ, ਜਾਂਦੇ ਵਕਤ ਗੁਰੂ ਨਾਨਕ ਦੇ ਘਰ ਮੱਥਾ ਟੇਕ ਜਾਂਦਾ ਹਾਂ। ਮੱਥਾ ਟੇਕਿਆ ਉਸਨੇ, ਰਾਤ ਰਿਹਾ, ਕਮਰੇ ਵਿੱਚ ਹਨੇਰਾ ਸੀ। ਉਸਨੇ ਜਦੋਂ ਦੀਵਾ ਮੰਗਿਆ ਤਾਂ ਮਹੰਤ ਦੇ ਗੁੰਡਿਆਂ ਨੇ ਆਖਿਆ ਕਿ ਆਪਣੀ ਬੱਚੀ ਨੂੰ ਭੇਜ ਦਿਓ। ਦੀਵਾ ਲੈਣ ਗਈ ਬੱਚੀ ਨੂੰ ਬੇਇੱਜ਼ਤ ਕੀਤਾ ਗਿਆ, ਉਸਦੀ ਇੱਜ਼ਤ ਪੱਤ ਲੁੱਟੀ ਗਈ। ਬਹੁਤ ਅਫਸੋਸ ਹੋਇਆ ਉਸਨੂੰ। ਨਾਲ ਦੇ ਪਿੰਡ ਜੜ੍ਹਾਂ ਵਾਲੇ ਪਿੰਡ ਤੋਂ ਆਈਆਂ 5-6 ਬੀਬੀਆਂ ਜੋ ਮੱਥਾ ਟੇਕਣ ਆਈਆਂ ਸੀ, ਉਹਨਾਂ ਦੀ ਮਹੰਤ ਦੇ ਗੁੰਡਿਆਂ ਨੇ ਇੱਜ਼ਤ ਪੱਤ ਲੁੱਟੀ। ਜਦੋਂ ਸਿੱਖਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਸੋਚਿਆ ਕਿ ਅਸੀਂ ਉਹ ਸਿੱਖ ਹਾਂ, ਉਹ ਖਾਲਸਾ ਜੋ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਛੁਡਵਾ ਕੇ ਸਹੀ ਸਲਾਮਤ ਉਹਨਾਂ ਦੇ ਘਰ ਪਹੁੰਚਾਉਂਦਾ ਸੀ, ਇੱਜ਼ਤ ਨਾਲ ਉਹਨਾਂ ਦੇ ਘਰ ਪਹੁੰਚਾਉਂਦੇ ਸਨ, ਅੱਜ ਉਹਨਾਂ ਦੀਆਂ ਆਪਣੀਆਂ ਧੀਆਂ ਭੈਣਾਂ ਨਾਲ ਉਹ ਵੀ ਗੁਰਧਾਮਾਂ ਵਿੱਚ ਇਹ ਸਲੂਕ ਕੀਤਾ ਜਾ ਰਿਹਾ ਹੈ। ਖੂਨ ਖੋਲਿਆ ਖਾਲਸੇ ਦਾ। ਉਧਰੋਂ ਮਹੰਤ ਨੂੰ ਵੀ ਇਹ ਹੁਣ ਪਤਾ ਲੱਗ ਚੁੱਕਾ ਸੀ ਕਿ ਉਹਨਾਂ ਨੂੰ ਇਹ ਖਬਰ ਪਹੁੰਚ ਗਈ ਹੈ ਤਾਂ ਹੁਣ ਕਬਜ਼ਾ ਜ਼ਰੂਰ ਲੈਣਗੇ। ਮਹੰਤ ਨੇ ਲਾਹੌਰ ਜਾਣਾ ਸੀ, ਲਾਹੌਰ ਸਨਾਤਨ ਸਿੱਖ ਧਰਮ ਦੀ ਮੀਟਿੰਗ ਸੀ। ਤੋ ਇਹਨਾਂ ਤਿੰਨ ਸਿੱਖਾਂ ਨੇ ਕਰਤਾਰ ਸਿੰਘ ਝੱਬਰ, ਸਰਦਾਰ ਬੂਟਾ ਸਿੰਘ ਅਤੇ ਸਰਦਾਰ ਟਹਿਲ ਸਿੰਘ, ਇਹਨਾਂ ਨੇ ਸੋਚਿਆ ਕਿ ਅਸੀਂ ਮੀਟਿੰਗ ਕਰ ਲੈਂਦੇ ਹਾਂ। ਇਹਨਾਂ ਨੇ ਇਹ ਤਿੰਨੇ ਇਕੱਠੇ ਹੋਏ ਕਿ ਜਦੋਂ ਮਹੰਤ ਲਾਹੌਰ ਜਾਏਗਾ ਅਸੀਂ ਜਾ ਕੇ ਨਨਕਾਣਾ ਸਾਹਿਬ ਦਾ ਕਬਜ਼ਾ ਲੈ ਲਵਾਂਗੇ। ਇਹਨਾਂ ਨੇ ਸੋਚਿਆ ਕਿ ਦੱਸਣਾ ਕਿਸੇ ਨੂੰ ਨਹੀਂ, ਪੰਥ ਨੂੰ ਵੀ ਨਹੀਂ ਦੱਸਣਾ, ਸ਼੍ਰੋਮਣੀ ਕਮੇਟੀ ਨੂੰ ਵੀ ਨਹੀਂ ਦੱਸਣਾ, ਨਾ ਤਾਂ ਮਹੰਤ ਨੂੰ ਪਤਾ ਲੱਗੇਗਾ ਅਤੇ ਨਾ ਸ਼੍ਰੋਮਣੀ ਕਮੇਟੀ ਨੂੰ ਦੱਸਾਂਗੇ। ਕਿਉਂ? ਕਿਉਂਕਿ ਜੇਕਰ ਉਹਨਾਂ ਨੂੰ ਪਤਾ ਲੱਗਿਆ ਤਾਂ ਉਹ ਇਹਨਾਂ ਨੂੰ ਇਕੱਲੇ ਜਾਣ ਤੋਂ ਰੋਕਣਗੇ। ਇਸ ਕਰਕੇ ਉਹਨਾਂ ਨੇ ਇਕੱਲਿਆਂ ਸਲਾਹ ਕੀਤੀ ਕਿ ਅਸੀਂ ਸ਼੍ਰੀ ਨਨਕਾਣਾ ਸਾਹਿਬ ਸ਼ਾਂਤਮਈ ਢੰਗ ਨਾਲ ਜਾਵਾਂਗੇ ਅਤੇ ਉੱਥੇ ਜਾ ਕੇ ਆਸਾ ਦੀ ਵਾਰ ਦਾ ਕੀਰਤਨ ਕਰਾਂਗੇ। ਉਹਨਾਂ ਨੇ ਇਹ ਵੀ ਨਿਸ਼ਚਿਤ ਕਰ ਲਿਆ ਕਿ ਇੱਕ ਜਥਾ ਜੋ ਹੈ ਉਹ ਇੱਕ ਢਾਲ 'ਤੇ ਮਿਲੇਗਾ ਅਤੇ ਇੱਕ ਜੋ ਜਥਾ ਹੈ ਉਹ ਭੱਠੇ ਦੇ ਕੋਲ ਮਿਲੇਗਾ ਨਨਕਾਣਾ ਸਾਹਿਬ। ਤਿੰਨੇ ਜਥੇ ਉੱਥੇ ਇਕੱਠੇ ਹੋਣਗੇ, ਭਾਈ ਲਕਸ਼ਮਣ ਸਿੰਘ ਧਾਰੋਵਾਲ ਦਾ ਜਥਾ, ਭਾਈ ਬੂਟਾ ਸਿੰਘ ਦਾ ਜਥਾ ਅਤੇ ਇੱਕ ਹੋਰ ਜਥਾ ਜੋ ਸੀ, ਉਹ ਤਿੰਨੇ ਜਥੇ ਉੱਥੇ ਇਕੱਠੇ ਹੋਣਗੇ। ਜਦੋਂ ਇਸ ਤਰ੍ਹਾਂ ਹੋਇਆ ਤਾਂ ਮਹੰਤ ਜੋ ਸੀ ਉਹ ਲਾਹੌਰ ਦੀ ਮੀਟਿੰਗ ਵਾਸਤੇ ਜਾ ਰਿਹਾ ਸੀ। 3:44 'ਤੇ ਟ੍ਰੇਨ ਚੱਲੀ 19 ਤਰੀਕ ਨੂੰ। ਮਹੰਤ ਜੀ ਜਦੋਂ ਟ੍ਰੇਨ ਵਿੱਚ ਬੈਠੇ ਤਾਂ ਟ੍ਰੇਨ ਚੱਲਣ ਲੱਗੀ ਸੀ, ਇੱਕ ਮੁਸਲਮਾਨ ਔਰਤ
ਉਧਰੋਂ ਇਹ ਜਥੇ ਜੋ ਸੀ ਸਾਰੇ ਇਹ ਜਥੇ ਰਵਾਨਾ ਹੋਏ, ਤਿੰਨੇ ਜਥੇ ਸ਼੍ਰੀ ਨਨਕਾਣਾ ਸਾਹਿਬ ਵੱਲ ਨੂੰ ਰਵਾਨਾ ਹੋਏ। ਉਧਰੋਂ ਮਹੰਤ ਹੁਣ ਲਾਹੌਰ 'ਚ ਜਾ ਲਾਹੌਰ ਵਿਖੇ ਜਾਣ ਲਈ ਟ੍ਰੇਨ 'ਚ ਬੈਠਾ ਹੈ ਮੀਟਿੰਗ ਵਾਸਤੇ। ਇੱਕ ਔਰਤ ਨੇ ਇਹਨਾਂ ਨੂੰ ਵੇਖ ਲਿਆ ਅਤੇ ਉਹਨੇ ਮਹੰਤ ਨੂੰ ਆਖਿਆ ਕਿ ਤੂੰ ਕਿੱਧਰ ਜਾ ਰਿਹਾ ਹੈ? ਉਹ ਕਾਲੀਆਂ ਪੱਗਾਂ ਵਾਲੇ ਆ ਰਹੇ ਹਨ, ਉਹ ਆ ਰਹੇ ਹਨ, ਉਹ ਕਬਜ਼ਾ ਕਰ ਲੈਣਗੇ ਸ਼੍ਰੀ ਨਨਕਾਣਾ ਸਾਹਿਬ 'ਤੇ। ਜਦੋਂ ਮਹੰਤ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਹਨੇ ਟ੍ਰੇਨ 'ਚੋਂ ਛਾਲ ਮਾਰ ਦਿੱਤੀ। ਉਧਰੋਂ ਇਹ ਜਥੇ ਤੁਰ ਰਹੇ ਸਨ, ਆਪਣਾ ਸਫ਼ਰ ਕਰ ਰਹੇ ਸਨ। ਮਹੰਤ ਹੁਣ ਵਾਪਸ ਆ ਗਿਆ, ਉਹ ਹੁਣ ਲਾਹੌਰ ਨਹੀਂ ਸੀ ਜਾ ਰਿਹਾ। ਉਹਨੇ ਸਾਰਾ ਬੰਦੋਬਸਤ ਕਰ ਲਿਆ, ਗੁੰਡੇ ਮੰਗਵਾ ਲਏ, ਉਹਨਾਂ ਨੂੰ ਗੁੰਡਿਆਂ ਨੂੰ ਤਾਇਨਾਤ ਕਰ ਦਿੱਤਾ, ਸਾਰਾ ਅਸਲਾ ਖਰੀਦਿਆ, ਤੇਲ ਦੇ ਪੀਪੇ ਭਰ ਲਏ। ਉਧਰੋਂ ਉਹਨੇ ਸਾਰਾ ਸਾਜ਼ੋ ਸਮਾਨ ਪੂਰੀ ਤਿਆਰੀ ਕਰ ਲਈ ਉਹਨੇ ਸਿੱਖਾਂ ਨੂੰ ਮਾਰਨ ਦੀ। ਉਧਰੋਂ ਮਾਸਟਰ ਤਾਰਾ ਸਿੰਘ ਅਤੇ ਉਹਨਾਂ ਦਾ ਇੱਕ ਹੋਰ ਸਾਥੀ ਉੱਥੋਂ ਦੀ ਲੰਘ ਰਹੇ ਸਨ, ਉਹਨਾਂ ਨੂੰ ਪਤਾ ਚੱਲਿਆ ਮਹੰਤ ਦੀ ਨੀਤੀ ਦਾ। ਉਹਨਾਂ ਨੂੰ ਜਦੋਂ ਪਤਾ ਚੱਲਿਆ ਤਾਂ ਉਹਨਾਂ ਨੇ ਸੋਚਿਆ ਕਿ ਜਥੇ ਨੂੰ ਰੋਕਿਆ ਜਾਵੇ, ਕਿ ਉਹਨੇ ਤਾਂ ਬੜੀ ਜ਼ਿਆਦਾ ਤਿਆਰੀ ਕਰ ਲਈ ਹੈ, ਇਹਨਾਂ ਇਕੱਲਿਆਂ ਨੂੰ ਮਾਰ ਦੇਵੇਗਾ। ਉਹਨਾਂ ਨੇ ਫਿਰ ਸਰਦਾਰ ਦਲੀਪ ਸਿੰਘ ਅਤੇ ਸਰਦਾਰ ਸੁੱਚਾ ਸਿੰਘ ਦੇ ਹੱਥ ਦੋਨਾਂ ਜਥਿਆਂ ਨੂੰ ਹੁਕਮ ਭੇਜਿਆ ਕਿ ਪੰਥ ਦਾ ਹੁਕਮ ਹੈ। ਉਹਨੂੰ ਚਿੱਠੀ ਦੇ ਕੇ ਭੇਜਿਆ ਕਿ ਉਹਨਾਂ ਜਥਿਆਂ ਨੂੰ ਰੋਕਿਆ ਜਾਵੇ ਕਿ ਪੰਥ ਦਾ ਹੁਕਮ ਹੈ, ਉਹ ਸ਼੍ਰੋਮਣੀ ਕਮੇਟੀ ਦੀ ਆਗਿਆ ਤੋਂ ਬਿਨਾਂ ਇਕੱਲੇ ਕਿਤੇ ਨਹੀਂ ਜਾਣਗੇ। ਸ਼੍ਰੀ ਨਨਕਾਣਾ ਸਾਹਿਬ ਕੋਈ ਵੀ ਜਥਾ ਬਿਲਕੁਲ ਨਹੀਂ ਜਾਏਗਾ ਸ਼੍ਰੋਮਣੀ ਕਮੇਟੀ ਦੀ ਆਗਿਆ ਤੋਂ ਬਿਨਾਂ। ਸਰਦਾਰ ਦਲੀਪ ਸਿੰਘ ਨੇ ਦੋਵੇਂ ਜਥੇ ਰੋਕ ਲਏ, ਕਰਤਾਰ ਸਿੰਘ ਝੱਬਰ ਦਾ ਜਥਾ ਵੀ ਅਤੇ ਦੂਸਰਾ ਜਥਾ ਵੀ। ਉਹ ਦੋਵੇਂ ਮੰਨ ਗਏ ਕਿ ਅਸੀਂ ਨਹੀਂ ਜਾਵਾਂਗੇ। ਪਰ ਹੁਣ ਗੱਲ ਇਹ ਆਈ ਕਿ ਲਛਮਣ ਸਿੰਘ, ਭਾਈ ਲਛਮਣ ਸਿੰਘ ਧਾਰੋਵਾਲ, ਜਿਨ੍ਹਾਂ ਦੀ ਯਾਦ 'ਚ ਤੁਸੀਂ ਸਮਾਗਮ ਕਰਵਾ ਰਹੇ ਹੋ, ਉਹਨਾਂ ਨੂੰ ਕੌਣ ਰੋਕੇਗਾ? ਉਹਨਾਂ ਨੇ ਘਰੋਂ ਅਰਦਾਸ ਕੀਤੀ ਅਤੇ ਹੁਕਮਨਾਮਾ ਲਿਆ। ਹੁਕਮਨਾਮਾ ਕੀ ਆਇਆ? ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜੁਲਾਈ। ਭਾਈ ਲਛਮਣ ਸਿੰਘ ਆਪਣਾ ਜਥਾ ਬਣਾ ਕੇ ਤੁਰ ਪਏ ਨੇ। ਉਹ ਦੋਵੇਂ ਮੰਨ ਗਏ ਕਿ ਅਸੀਂ ਨਹੀਂ ਜਾਵਾਂਗੇ। ਹੁਣ ਫਿਰ ਉਹਨਾਂ ਨੇ ਕਿਹਾ ਕਿ ਭਾਈ ਲਛਮਣ ਸਿੰਘ ਨੂੰ ਕੌਣ ਰੋਕੇਗਾ? ਤਾਂ ਭਾਈ ਦਲੀਪ ਸਿੰਘ ਨੇ ਛਾਤੀ 'ਤੇ ਹੱਥ ਮਾਰ ਕੇ ਕਿਹਾ, ਮੈਂ ਰੋਕਾਂਗਾ ਲਛਮਣ ਸਿੰਘ ਨੂੰ। ਸਾਰੀ ਲਛਮਣ ਸਿੰਘ ਹੁਣਾਂ ਦਾ ਜਥਾ ਰਵਾਨਾ ਹੋਇਆ। ਸਾਰੀ ਰਾਤ ਭਾਈ ਦਲੀਪ ਸਿੰਘ ਭਾਈ ਲਛਮਣ ਸਿੰਘ ਦੇ ਜਥੇ ਨੂੰ ਲੱਭਦਾ ਰਿਹਾ, ਪਰ ਜਥਾ ਨਾ ਲੱਭਿਆ। ਆਖਿਰ ਥੱਕ ਹਾਰ ਕੇ ਉਹਨੇ ਚਿੱਠੀ ਵਰਿਆਮ ਸਿੰਘ ਨੂੰ ਦੇ ਦਿੱਤੀ ਕਿ ਜੇ ਕਿਤੇ ਤੈਨੂੰ ਭਾਈ ਲਛਮਣ ਸਿੰਘ ਦਾ ਜਥਾ ਮਿਲੇ, ਉਹਨਾਂ ਨੂੰ ਰੋਕਣਾ ਅਤੇ ਕਹਿਣਾ ਕਿ ਪੰਥ ਦਾ ਹੁਕਮ ਹੈ ਕਿ ਕੋਈ ਵੀ ਨਨਕਾਣਾ ਸਾਹਿਬ ਨਹੀਂ ਜਾਏਗਾ। ਅਤੇ ਆਪ ਭਾਈ ਦਲੀਪ ਸਿੰਘ, ਭਾਈ ਉੱਤਮ ਸਿੰਘ ਦਾ ਕਾਰਖਾਨਾ ਸੀ ਨੇੜੇ ਨਨਕਾਣਾ ਸਾਹਿਬ ਦੇ, ਉੱਥੇ ਸੌਂ ਗਿਆ, ਰਾਤ ਦਾ ਥੱਕ ਗਿਆ ਸੀ। ਭਾਈ ਵਰਿਆਮ ਸਿੰਘ ਜਦੋਂ ਅੰਮ੍ਰਿਤ ਵੇਲਾ ਹੋਇਆ ਤਾਂ ਉਹਨਾਂ ਨੂੰ ਮਿਲਿਆ, ਭਾਈ ਲਛਮਣ ਸਿੰਘ ਦਾ ਜਥਾ ਉਹਨੂੰ ਲੱਭਿਆ। ਉਹਨਾਂ ਚਿੱਠੀ ਪੜ੍ਹ ਕੇ ਉਹਨਾਂ ਨੂੰ ਸੁਣਾਈ ਕਿ ਪੰਥ ਦਾ ਹੁਕਮ ਹੈ, ਸ਼੍ਰੋਮਣੀ ਕਮੇਟੀ ਦੇ 6 ਆਗੂਆਂ ਦੇ ਦਸਤਖਤ ਨੇ ਚਿੱਠੀ 'ਤੇ, ਤੁਹਾਨੂੰ ਇਹ ਪੰਥ ਦਾ ਹੁਕਮ ਹੈ, ਸ਼੍ਰੋਮਣੀ ਕਮੇਟੀ ਦਾ ਹੁਕਮ ਹੈ ਕਿ ਤੁਸੀਂ ਸ਼੍ਰੀ ਨਨਕਾਣਾ ਸਾਹਿਬ ਨਹੀਂ ਜਾਓਗੇ। ਭਾਈ ਲਛਮਣ ਸਿੰਘ ਜੀ ਹੁਣੀ ਜਦੋਂ ਸਫ਼ਰ ਕਰ ਰਹੇ ਸੀ ਤਾਂ ਆਖਰੀ ਪੜਾਅ 'ਤੇ ਜਦੋਂ ਪਹੁੰਚੇ ਤਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਅਤੇ ਦੁਬਾਰਾ ਫਿਰ ਉਹੀ ਹੁਕਮਨਾਮਾ ਆਇਆ ਜੋ ਪਹਿਲਾਂ ਆਇਆ ਸੀ।
ਇਸ ਨਾਲ ਉਹਨਾਂ ਦਾ ਨਿਸ਼ਚਾ ਹੋਰ ਵੀ ਪੱਕਾ ਹੁੰਦਾ ਗਿਆ। ਹੁਣ ਭਾਈ ਵਰਿਆਮ ਸਿੰਘ ਦੇ ਕਹਿਣ 'ਤੇ ਉਹ ਨਹੀਂ ਰੁਕੇ, ਉਹਨਾਂ ਕਿਹਾ ਕਿ ਅਸੀਂ ਅਰਦਾਸ ਕਰ ਚੁੱਕੇ ਹਾਂ। ਅਰਦਾਸ ਨੂੰ ਮਹੱਤਤਾ ਦਿੱਤੀ ਉਹਨਾਂ ਨੇ। ਉਹਨਾਂ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਪੰਥ ਦਾ ਹੁਕਮ ਹੈ, ਪਰ ਅਸੀਂ ਅਰਦਾਸ ਕਰ ਚੁੱਕੇ ਹਾਂ ਅਤੇ ਗੁਰੂ ਰਾਮਦਾਸ ਜੀ ਨੇ ਵੀ ਸਾਨੂੰ ਆਗਿਆ ਦੇ ਦਿੱਤੀ। ਨਹੀਂ ਰੁਕੇ। ਉਸ ਜਿੱਥੇ ਵਿੱਚ ਦੋ ਬੀਬੀਆਂ ਸਨ, ਉਹਨਾਂ ਨੇ 18 ਰੁਪਏ ਉਹਨਾਂ ਬੀਬੀਆਂ ਨੂੰ ਦੇ ਕੇ ਘਰ ਨੂੰ ਤੋਰ ਦਿੱਤਾ ਕਿ ਸਾਡੀ ਅੰਤਿਮ ਅਰਦਾਸ ਕਰਵਾ ਦੇਣਾ, ਸਾਡਾ ਅਖੰਡ ਪਾਠ ਕਰਵਾ ਦੇਣਾ ਅੰਤਿਮ, ਅਸੀਂ ਹੁਣ ਸ਼ਹੀਦੀਆਂ ਪਾਵਾਂਗੇ ਕਿਉਂਕਿ ਅਸੀਂ ਅਰਦਾਸ ਕਰ ਚੁੱਕੇ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਘਰ ਨੂੰ, ਬਾਬੇ ਨਾਨਕ ਦੇ ਗੁਰਧਾਮ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣਾ ਹੈ। ਵਰਿਆਮ ਸਿੰਘ ਦੇ ਕਹਿਣ 'ਤੇ ਇਹ ਨਹੀਂ ਰੁਕੇ, ਇਹ ਚਲੇ ਗਏ ਨੇ। ਅੰਮ੍ਰਿਤ ਵੇਲਾ ਹੋਇਆ ਹੈ, ਸ਼੍ਰੀ ਨਨਕਾਣਾ ਸਾਹਿਬ ਪਹੁੰਚੇ ਨੇ, ਦਰਬਾਰ 'ਚ ਵੜੇ ਨੇ। ਭਾਈ ਲਕਸ਼ਮਣ ਸਿੰਘ ਧਾਰੋਵਾਲੀ ਨੇ ਮੱਥਾ ਟੇਕਿਆ, ਤਾਬਿਆ ਬੈਠ ਗਏ। ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੈ। ਮਹੰਤ ਇਹ ਸਭ ਕੁਛ ਵੇਖ ਰਿਹਾ ਸੀ। ਮਹੰਤ ਨੇ ਜਦੋਂ ਵੇਖਿਆ ਕਿ ਸਿੱਖ ਬੈਠ ਗਏ ਨੇ, ਉਸਨੇ ਇਸ਼ਾਰਾ ਕੀਤਾ। ਮਹੰਤ ਦੇ ਗੁੰਡਿਆਂ ਨੇ ਪਹਿਲਾਂ ਹੀ ਪੂਰੀ ਤਿਆਰੀ ਕਰ ਰੱਖੀ ਸੀ, ਪੂਰੇ ਤਿਆਰ ਬਰ ਤਿਆਰ ਸਨ ਸਿੱਖਾਂ ਨੂੰ ਮਾਰਨ ਵਾਸਤੇ। ਉਹਨੇ ਜਦੋਂ ਇਸ਼ਾਰਾ ਠਾ ਠਾ ਗੋਲੀਆਂ ਚੱਲਣ ਲੱਗੀਆਂ, ਨਿਹੱਥੇ ਸਿੱਖਾਂ 'ਤੇ ਗੋਲੀਆਂ ਚੱਲੀਆਂ। ਇੱਥੇ ਹੀ ਬਸ ਨਹੀਂ, ਜਿਹੜੇ ਸਿੱਖ ਦਰਬਾਰ 'ਚ ਬੈਠੇ ਸਨ ਉਹਨਾਂ ਨੂੰ ਮਹੰਤ ਦੇ ਗੁੰਡਿਆਂ ਨੇ ਉੱਥੇ ਆ ਕੇ ਗੋਲੀਆਂ ਮਾਰੀਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਬੀੜ ਨੂੰ ਗੋਲੀਆਂ ਲੱਗੀਆਂ। ਭਾਈ ਲਕਸ਼ਮਣ ਸਿੰਘ ਜੀ ਬੀੜ 'ਤੇ ਬੈਠੇ ਤਾਬਿਆ ਬੈਠੇ ਸਨ। ਜਦੋਂ ਉਹਨਾਂ ਵੇਖਿਆ ਕਿ ਬੀੜ ਨੂੰ ਗੋਲੀਆਂ ਲੱਗ ਰਹੀਆਂ ਹਨ, ਉਹਨਾਂ ਬੀੜ ਨੂੰ ਜੱਫਾ ਪਾ ਲਿਆ। ਉੱਧਰੋਂ ਭਾਈ ਦਲੀਪ ਸਿੰਘ, ਜੋ ਭਾਈ ਉੱਤਮ ਸਿੰਘ ਦੇ ਕਾਰਖਾਨੇ ਵਿੱਚ ਸੁੱਤਾ ਪਿਆ ਸੀ, ਉਹਨੂੰ ਪਤਾ ਲੱਗਾ ਕਿ ਭਾਣਾ ਵਾਪਰ ਗਿਆ ਹੈ। ਉਹਨੇ ਚੱਪਲ ਵੀ ਨਹੀਂ ਪਾਈ, ਨੰਗੀ ਪੈਰੀ ਉੱਥੋਂ ਦੌੜਿਆ। ਨਨਕਾਣਾ ਸਾਹਿਬ ਆ ਗਿਆ, ਆ ਕੇ ਮਹੰਤ ਨੂੰ ਆਖਣ ਲੱਗਾ, ਤੂੰ ਇਹ ਕਾਰਾ ਨਾ ਕਰ, ਅਜੇ ਵੀ ਹਟ ਜਾ, ਮੈਂ ਪੰਥ ਨੂੰ ਕਹਿ ਕੇ ਤੈਨੂੰ ਮਾਫ਼ੀ ਮੰਗਵਾ ਦਿਆਂਗਾ। ਮਹੰਤ ਨੇ 4 ਗੋਲੀਆਂ ਉਹਦੇ ਮਾਰੀਆਂ, ਜਦੋਂ ਉਹਨੂੰ ਪਤਾ ਲੱਗਾ ਕਿ ਇਹ ਵੀ ਅਕਾਲੀ ਹੈ। ਅਤੇ ਜਿਹੜੇ ਸਿੱਖ ਸਹਿਕ ਰਹੇ ਸਨ, ਜ਼ਖਮੀ ਸਨ, ਉਹਨਾਂ ਨੂੰ ਟੁਕੜੇ ਟੁਕੜੇ ਕਰ ਦਿੱਤਾ ਗਿਆ। ਭਾਈ ਲਕਸ਼ਮਣ ਸਿੰਘ ਜੀ ਧਾਰੋਵਾਲ, ਇਹਨਾਂ ਨੇ ਜੱਫਾ ਪਾਇਆ ਸੀ ਮਹਾਰਾਜ ਦੀ ਬੀੜ ਨੂੰ, ਇਹਨਾਂ ਨੂੰ ਮਹਾਰਾਜ ਦੀ ਬੀੜ ਨਾਲੋਂ ਅਲੱਗ ਕੀਤਾ ਗਿਆ ਅਤੇ ਜੰਡ ਦੇ ਰੁੱਖ ਨਾਲ ਪੁੱਠੇ ਬੰਨ੍ਹ ਕੇ ਲਟਕਾ ਕੇ ਉੱਤੇ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ। ਜਦੋਂ ਸਾਰੇ ਸਿੱਖਾਂ ਦੇ ਟੁਕੜੇ ਟੁਕੜੇ ਕਰ ਦਿੱਤੇ ਤਾਂ ਧੱਬੇ ਜੋ ਸੀ ਖੂਨ ਦੇ ਉਹ ਧੋ ਰਹੇ ਸੀ ਗੁੰਡੇ। ਉਹਨਾਂ ਕੀ ਵੇਖਿਆ ਕਿ ਇੱਕ ਅਲਮਾਰੀ ਹੈ ਜਿਹਦੇ ਵਿੱਚੋਂ ਆਵਾਜ਼ ਆ ਰਹੀ ਹੈ। ਆਵਾਜ਼ ਕੀ ਹੈ ਕਿ ਮੇਰੇ ਪਿਤਾ ਜੀ, ਮੈਂ ਤੁਹਾਡੇ ਨਾਲ ਸ਼ਹੀਦ ਹੋਣ ਲਈ ਆਇਆ ਸੀ, ਮੈਂ ਵੀ ਸ਼ਹੀਦ ਹੋਣਾ ਹੈ। ਜਦੋਂ ਗੱਲ ਇੱਥੇ ਆਉਂਦੀ ਹੈ ਤਾਂ ਕਾਕਾ ਦਰਬਾਰਾ ਸਿੰਘ, ਸ਼ਹੀਦ ਭਾਈ ਦਰਬਾਰਾ ਸਿੰਘ ਜੀ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। 8-9 ਸਾਲ ਦਾ ਬੱਚਾ ਹੈ ਭਾਈ ਦਰਬਾਰਾ ਸਿੰਘ ਜੀ, ਸ਼੍ਰੀ ਨਨਕਾਣਾ ਸਾਹਿਬ ਦੇ ਸਾਕੇ ਦੇ ਸਭ ਤੋਂ ਛੋਟੇ ਸ਼ਹੀਦ ਹੋਏ ਨੇ। ਉਹਨਾਂ ਨੂੰ ਬਲ ਦੀ ਚਿਤਾ ਦੇ ਵਿੱਚ ਮਹੰਤ ਦੇ ਗੁੰਡਿਆਂ ਨੇ ਸੁੱਟ ਕੇ ਸ਼ਹੀਦ ਕੀਤਾ। ਜਦੋਂ ਇਹ ਸਿੱਖਾਂ ਨੂੰ ਜਦੋਂ ਪਤਾ ਲੱਗਾ ਕਿ ਉੱਥੇ ਸਿੰਘ ਸ਼ਹੀਦ ਹੋ ਗਏ ਨੇ, ਇਹ ਭਾਣਾ ਵਾਪਰ ਗਿਆ ਹੈ, ਭਾਈ ਦਲੀਪ ਸਿੰਘ ਨੇ ਵੀ ਉੱਥੇ ਸ਼ਹੀਦੀ ਦੇ ਦਿੱਤੀ ਹੈ, ਤਾਂ ਫਿਰ ਸਿੱਖਾਂ ਦਾ ਖੂਨ ਖੋਲਿਆ।
ਭਾਈ ਕਰਤਾਰ ਸਿੰਘ ਝੱਬਰ ਨੇ ਆਪਣਾ ਜਥਾ ਤਿਆਰ ਕੀਤਾ। ਉਹਨਾਂ ਨੇ ਆਖਿਆ ਕਿ ਜਿਸ ਦੇ ਅੰਦਰ ਪੰਥ ਲਈ ਥੋੜ੍ਹਾ ਵੀ ਦਰਦ ਹੈ, ਜੋ ਗੁਰਧਾਮ ਆਜ਼ਾਦ ਕਰਵਾਉਣਾ ਚਾਹੁੰਦਾ ਹੈ, ਜੋ ਆਪਣੀ ਜਾਨ ਸਿੱਖੀ ਤੋਂ ਕੁਰਬਾਨ ਕਰਨਾ ਚਾਹੁੰਦਾ ਹੈ, ਇੱਕ ਲਕੀਰ ਖਿੱਚੀ ਗਈ ਕਿ ਉਹ ਹੀ ਇਸ ਲਕੀਰ ਨੂੰ ਟੱਪੇ। ਸ਼੍ਰੀ ਨਨਕਾਣਾ ਸਾਹਿਬ ਪਹੁੰਚਦਿਆਂ 2200 ਮਰਜੀ ਵੜਿਆਂ ਦਾ ਜਥਾ ਤਿਆਰ ਹੋ ਗਿਆ। ਜਦੋਂ ਫਿਰ ਇਹ ਪਹੁੰਚੇ ਨੇ ਸ਼੍ਰੀ ਨਨਕਾਣਾ ਸਾਹਿਬ, ਇਹਨਾਂ ਨੇ ਸ਼੍ਰੀ ਨਨਕਾਣਾ ਸਾਹਿਬ ਕੂਚ ਕੀਤਾ ਅਤੇ ਸਿੱਧੀ ਉੱਥੇ ਪਹੁੰਚੇ। ਜਦੋਂ ਇਹ ਪਹੁੰਚੇ ਤਾਂ ਮਹੰਤ ਅਤੇ ਉਸਦੇ ਗੁੰਡਿਆਂ ਨੂੰ ਬ੍ਰਿਟਿਸ਼ ਸਰਕਾਰ, ਅੰਗਰੇਜ਼ ਸਰਕਾਰ, ਅੰਗਰੇਜ਼ ਅਫਸਰ ਜੋ ਸੀ ਉਹ ਥਾਣੇ ਵਿੱਚ ਲੈ ਗਏ ਅਤੇ ਸ਼੍ਰੀ ਨਨਕਾਣਾ ਸਾਹਿਬ ਦੇ ਆਸੇ ਪਾਸੇ ਅੰਗਰੇਜ਼ ਸਰਕਾਰ, ਅੰਗਰੇਜ਼ ਫੌਜੀ ਜੋ ਸੀ ਉਹਨਾਂ ਨੂੰ ਤਾਇਨਾਤ ਕਰ ਦਿੱਤਾ। ਉਹ ਬੰਦੂਕਾਂ ਲੈ ਕੇ ਉੱਥੇ ਤਾਇਨਾਤ ਸਨ। ਜਦੋਂ ਇਹ ਗਏ ਤਾਂ ਉੱਥੋਂ ਦਾ ਇੱਕ ਅੰਗਰੇਜ਼ ਆਫਿਸਰ ਮਿਸਟਰ ਕਿੰਗ, ਮਿਸਟਰ ਕਿੰਗ ਨੇ ਸਰਦਾਰ ਕਰਤਾਰ ਸਿੰਘ ਝੱਬਰ ਨੂੰ ਆਖਿਆ, ਝੱਬਰ ਜੀ ਤੁਸੀਂ ਪਿੱਛੇ ਹਟ ਜਾਓ, ਅੱਗੇ ਨਾ ਜਾਇਓ, ਫੌਜੀ ਜੋ ਹਨ ਬੰਦੂਕਾਂ ਲੈ ਕੇ ਖੜ੍ਹੇ ਹਨ, ਪੁੰਨ ਸੁੱਟਣਗੇ ਸਾਰਿਆਂ ਨੂੰ। ਪਰ ਕਰਤਾਰ ਸਿੰਘ ਹੁਣੀ ਨਹੀਂ ਰੁਕੇ, ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਅਸੀਂ ਸ਼ਹੀਦੀਆਂ ਪਾਉਣ ਵਾਸਤੇ ਹੀ ਆਏ ਹਾਂ, ਅੱਜ ਅਸੀਂ ਸ਼ਾਂਤੀ ਨਾਲ ਨਹੀਂ ਆਏ, ਸ਼ਸਤਰਧਾਰੀ ਹੋ ਕੇ ਆਏ ਹਾਂ ਅਤੇ ਕਬਜ਼ਾ ਲੈ ਕੇ ਜਾਵਾਂਗੇ। ਉਹਨਾਂ ਨੇ ਆਪਣੇ ਜਥੇ ਨੂੰ ਹੁਕਮ ਦਿੱਤਾ ਕਿ ਜੇ ਕਿਸੇ ਨੂੰ ਗੋਲੀ ਲੱਗੇ ਉਹਨੂੰ ਤੁਸੀਂ ਫੜਨਾ ਨਹੀਂ, ਉਹਨੂੰ ਰਹਿਣ ਦਿਓ, ਉਹਨੂੰ ਬਾਅਦ 'ਚ ਵੇਖ ਲਵਾਂਗੇ, ਤੁਸੀਂ ਅੱਗੇ ਵਧਣਾ ਹੈ ਅਤੇ ਇਹਨਾਂ ਦੇ ਹਥਿਆਰ ਖੋਹ ਕੇ ਲੜਨਾ ਹੈ, ਬਸ ਤੁਸੀਂ ਅੱਗੇ ਵਧਣਾ ਹੈ ਅਤੇ ਲੜਨਾ ਹੈ, ਅੱਜ ਕਬਜ਼ਾ ਲੈ ਕੇ ਜਾਵਾਂਗੇ। ਇਹ ਸੁਣ ਕੇ ਮਿਸਟਰ ਕਿੰਗ ਡਰ ਗਿਆ, ਉਹਨੇ ਆਖਿਆ ਤੈਨੂੰ ਚਾਹੀਦਾ ਕੀ ਹੈ? ਕਰਤਾਰ ਸਿੰਘ ਨੇ ਆਖਿਆ ਮੈਨੂੰ ਕਬਜ਼ਾ ਚਾਹੀਦਾ ਹੈ, ਮੈਨੂੰ ਚਾਬੀਆਂ ਦੇ ਦਿਓ ਸ਼੍ਰੀ ਨਨਕਾਣਾ ਸਾਹਿਬ ਦੀਆਂ। ਤਾਂ ਫਿਰ ਡਰ ਸੀ ਉਹਨਾਂ ਨੂੰ, ਉਹਨਾਂ ਨੇ ਸ਼੍ਰੀ ਨਨਕਾਣਾ ਸਾਹਿਬ ਦੀਆਂ ਚਾਬੀਆਂ ਸਰਦਾਰ ਕਰਤਾਰ ਸਿੰਘ ਝੱਬਰ ਦੇ ਹੱਥ 'ਤੇ ਰੱਖ ਦਿੱਤੀਆਂ। ਤਾਂ ਇਸ ਤਰ੍ਹਾਂ ਸ਼੍ਰੀ ਨਨਕਾਣਾ ਸਾਹਿਬ ਦਾ ਕਬਜ਼ਾ ਜੋ ਹੈ ਸਿੱਖਾਂ ਦੇ ਹੱਥ ਵਿੱਚ ਆਇਆ। ਪਹਿਲਾਂ ਸ਼ਾਂਤਮਈ ਢੰਗ ਦੇ ਨਾਲ ਗਏ ਸੀ, ਨਹੀਂ ਮੰਨੇ, ਫਿਰ ਸ਼ਸਤਰਧਾਰੀ ਹੋ ਕੇ ਗਏ, ਫਿਰ ਕਬਜ਼ਾ ਲਿਆ। ਸੋ ਸ਼੍ਰੀ ਨਨਕਾਣਾ ਸਾਹਿਬ ਦਾ ਉਹ ਸਾਕਾ ਉਹ ਹੈ ਜੋ ਅਸੀਂ ਹਰ ਰੋਜ਼ ਅਰਦਾਸ ਵਿੱਚ ਵੀ ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਵਾਹਿਗੁਰੂ ਆਖਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਸਿੱਖਾਂ ਦੀ, ਸ਼੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ। ਇੰਨਾ ਵੱਡਾ ਸਾਕਾ ਇੰਨੇ ਥੋੜ੍ਹੇ ਸਮੇਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਤੁਸ਼ ਰਸਨਾ ਨਾਲ ਅਤੇ ਤੁਸ਼ ਬੁੱਧੀ ਨਾਲ ਆਪ ਜੀ ਨੂੰ ਸਾਕੇ ਬਾਰੇ ਸੰਖੇਪ 'ਚ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਅਨੇਕ ਪ੍ਰਕਾਰ ਦੀਆਂ ਕਮੀਆਂ ਰਹਿ ਗਈਆਂ ਹੋਣਗੀਆਂ, ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਆਪ ਸਤ ਸਭ ਸੰਗਤ ਬਖਸ਼ਣ ਯੋਗ ਕਿਰਪਾ ਕਰਕੇ ਬਖਸ਼ ਲੈਣਾ ਜੀ, ਹੋਈਆਂ ਭੁੱਲਾਂ ਦੀ ਖਿਮਾ। ਸਮਾਪਤੀ ਕਰਦੇ ਹਾਂ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਬੜੇ ਪਿਆਰ ਸਤਿਕਾਰ ਸਹਿਤ ਫਤਿਹ ਬੁਲਾਇਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।